अपने बंदे का मैल केमिकल नाल करदे ने इहदा मैल वास्ते इक बूटा जिहा हुंदा किहड़ा किहड़ा आ सी हां मैल साफ करन लई ਪਿੰਡੀ ਵਰਗਾ ਹੁੰਦਾ ਬੂਟਾ ਹਾਂ ਜੀ ਦੇਸੀ ਤਰੀਕੇ ਨਾਲ ਮੈਲ ਕੱਢਣ ਵਾਸਤੇ ਕੋਈ ਹਾਂ 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 ਮੈਂ ਸਮਝ ਗਿਆ ਇਹ ਨੈਚੁਰਲ ਤਰੀਕੇ ਨਾਲ ਹੁੰਦਾ ਨੈਚੁਰਲ ਨਾਲ ਮੈਲ ਹੀ ਹੈ ਇਹਨੇ ਕੱਢਿਆ ਹਾਂ ਠੀਕ ਹੈ ਉਹ ਤਾਂ ਮਿੰਟ ਮਾਰਦੇ ਨੇ बिना केमिकल तो दंदा लगी जाता हुंदा ਜਵੈਨ ਨਾਲ ਹੀ ਫਿਰ ਵਧੀਆ ਟੇਸਟ ਬਣਦਾ ਜਵੈਨ ਪਾਈ ਹਾਂ ਜਵੈਨ ਨਾਲ ਟੇਸਟ ਬਣਦਾ ਕੱਲ੍ਹ ਦੇਖ ਲਓ ਉਹ ਟੇਸਟ ਦੇ ਲਓ ਕਮਰ ਕਸ ਪਾਣੀ ਹੈ ਨਾ ਪਿੰਨੀਆਂ 'ਚ ਪਾਈ ਦੀ ਹੁੰਦੀ ਹੈ ਕਮਰ ਕਸ ਪੱਕੜੀ ਨਹੀਂ ਹੁੰਦੀ ਹੈ ਥੋੜ੍ਹੀ ਪਕਾਉਣੀ ਪੈਂਦੀ ਤੁਸੀਂ ਛੁੱਟੀ ਆਏ ਹੋ ਤਾਂ ਧੱਕੀ ਕਰ ਰਹੇ ਨਾ ਬੰਦੇ ਆਪਣੇ ਨਾਲ ਅੱਗੇ ਤੋਂ ਇਹ ਆਉਂਦਾ ਨਹੀਂ ਹੈਗਾ ਕਦੀ ਸਰਕਾਰ 'ਚ ਜੇ ਇਹਨੇ ਨਾ ਮੰਨੀ ਗੱਲਬਾਤ ਨਹੀਂ ਯਾਰ ਆਪਣੀ ਵੋਟ ਥੋੜ੍ਹੀ ਆ ਨਾ ਹਿੰਦੂ ਧਰਮ ਨਾਲ ਪਿਆਰ ਕਰਦੇ ਆ ਉਨੀ ਚੱਕਰੀ ਨਫ਼ਰਤ ਉਹ ਮੁਸਲਮਾਨ ਨਾਲ ਕਰਦੇ ਆ
ਵੀ ਮੰਦਰ ਚੱਕਰ ਵੀ ਆ ਹੁੰਦੇ ਉਹਦੇ ਚਾਰ ਗਾਲਾ ਮੁਸਲਮਾਨ ਨੂੰ ਕੱਢ ਲਓ ਤੁਹਾਡੀ ਬਹੁਤ ਰਿਸਪੈਕਟ ਕਰਦੇ ਸਾਨੂੰ ਪਤਾ ਅਸੀਂ ਹਰ ਇੱਕ ਸ਼ਹਿਰੀ ਦੇ ਬੰਦਾ ਹਾਂ ਤੁਹਾਡੀ ਤਾਂ ਜਿਵੇਂ ਆਰਮੀ ਵਾਲੇ ਹੋਵੇ ਏਅਰਫੋਰਸ ਵਾਲੇ ਵੀ ਅੱਡ ਅੱਡ ਸਟੇਟਾਂ 'ਚ ਜਾਂਦੇ ਜੀ ਤੁਸੀਂ ਤਾਂ ਸਾਡੇ ਨਾਲ ਤੇ ਸਾਡੇ ਨਾਲ ਵੀ ਬੰਦੇ ਹੈਗੇ ਆ ਰਾਜਸਥਾਨ 'ਚ ਵੀ ਹਾਂ ਵੀਰੇ ਮੈਂ ਸਾਰੇ ਏਰੀਆ 'ਚ ਰਹਿੰਦੇ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਬੀਕਾਨੇਰ ਰਹਿਣਾ ਤੁਹਾਡਾ ਉੱਥੇ ਸਿਸਟਮ ਹਾਂ ਨਾਗਾਲੈਂਡ ਤੋਂ ਲੈ ਕੇ ਗੁਜਰਾਤ ਤੱਕ ਮੈਂ ਸਾਰ ਚਾਰੋਂ ਦਿਸ਼ਾ ਰਹਿੰਦਾ ਇਹ ਕਿੰਨੇ ਸਾਲ ਹੁੰਦੀ ਹੈ ਘੱਟੋ ਘੱਟ ਇੱਕ ਸਟੇਟ ਦੀ ਡਿਊਟੀ ਇੱਕ ਪੋਸਟਿੰਗ ਹੁੰਦੀ ਹੈ ਚਾਰ ਸਾਲ ਚਾਰ ਘੱਟੋ ਘੱਟ ਚਾਰ ਸਾਲ ਇੱਕ ਸਟੇਟ ਦੀ ਮਤਲਬ ਇੱਕ ਰੋਟੇਸ਼ਨ ਕਰਨਾ ਹੀ ਚਾਰ ਸਾਲ ਮਤਲਬ ਇੱਕ ਵਾਰੀ ਜਿਹੜੇ ਜਗ੍ਹਾ ਤੋਂ ਕੱਟੇ ਮੁੜ ਕੇ ਉਹ ਦੁਬਾਰਾ ਉੱਥੇ ਮਿਲ ਜਾਂਦੀ ਹੈ ਆ ਜਾਂਦੀ ਵੀ ਆ ਜਾਂਦੀ ਸੀ ਵੀਰੇ ਆ ਜਾਂਦੀ ਅੱਛਾ ਆ ਗਿਆ ਵਾਲਾ ਕਰ ਹੈ ਕੀ ਚੀਜ਼ ਆ ਜਬ ਕੁਲਾੜ ਬੰਦ ਹੋ ਜਾਗਾ ਇੱਕ ਲਗਾ ਤੋ ਪਾਣੀ ਪਾਇਆ ਹੋਗਾ ਉਹ ਖੂਬ ਪਾਇਆ ਅੱਛਾ ਇਸ ਕੋ ਧੋ ਕੇ ਹਾਂ ਜੀ ਹੋ ਗਿਆ ਉਹ ਬੜਾ ਅੱਛਾ ਸਫਾ ਸਾਫ ਮਤਲਬ ਕਿ ਸਾਫ ਕਰਨ ਵਾਲਾ ਪਾਣੀ ਆਊ ਹਾਂ ਹਾਂ ਬਸ ਉਹ ਹੋ ਜਾਏਗਾ ਇਹਦੀ ਖੀਰ ਵੀ ਲੋਕ ਬਣਾ ਲੈਂਦੇ ਨੇ ਖੀਰ ਵੀ ਬਣਾਉਂਦੇ ਨੇ ਨਾ ਇਹਦੀ ਖੀਰ ਇਹਦੀ ਰਸ ਦੀ ਬਣਦੀ ਹੈ ਹਾਂ ਰਸ ਦੀ ਹਾਂ ਆਪਣੀ ਏਰੀਆ 'ਚ ਘੱਟ ਬਣਾਉਂਦੇ ਲੋਕ ਮੇਰੇ ਨਾਲ ਮਾਝੇ ਮੁੱਝੇ ਦੇ ਮੁੰਡੇ ਉਹ ਬਣਾਉਂਦੇ ਹਾਂ ਉੱਧਰ ਵਾਲੇ ਹਾਂ ਸਵਾਦ ਬਹੁਤ ਆਉਂਦੀ ਹੈ ਅਸੀਂ ਇੱਕ ਵਾਰੀ ਉੱਥੇ ਲੰਗਰ ਸੀ ਫਤਿਹਗੜ੍ਹ ਸਾਹਿਬ ਉੱਥੇ ਬਣਾਇਆ ਸੀ ਮੁੰਡਿਆਂ ਨੇ ਅੱਛਾ ਮਾਝੇ ਦੇ ਦੁਆਬੇ ਦੇ ਵਿੱਚ ਬਣਾਉਂਦੇ ਆ ਮੈਂ ਖਾਧੀ ਹੈ ਜੀ ਉੱਥੇ ਜੁੰਡੇ ਦੀ ਰਹੀ ਨਾ ਮਸਲ ਬਹੁਤ ਸਵਾਦ ਟੇਸਟੀ ਹੁੰਦੀ ਹੈ ਇਹਨਾਂ ਦਾ ਤਾਂ ਇੱਧਰ ਹੀ ਆ ਗਿਆ ਸੀਟਾਂ ਦੇ ਰੋਡ 'ਤੇ ਇਹਨਾਂ ਦਾ ਪਿੰਡ ਆ ਪਾਈ ਆ ਹੁਣ ਹੁਣ ਉਹ ਪਾ ਦੀ ਹਾਂ ਇਹ ਦੇਸੀ ਤਰੀਕਾ ਹੈ ਉੱਥੇ ਯੂਪੀ ਥੋੜ੍ਹੀ ਜਿਹਾ ਕਰਦੇ ਨੇ ਉਹ ਭੈਣਦੇ ਯਾਰ ਨਾਲ ਦੇ ਕੈਮੀਕਲ ਠੋਕਦੇ ਨੇ ਯੂਪੀ 'ਚ ਨਹੀਂ ਪਾਉਂਦੇ ਯੂਪੀ ਦੇ ਵਿੱਚ ਜਿਹੜੇ ਹਰ ਇੱਕ ਨਹੀਂ ਪਾਉਂਦਾ ਜਿਹਨਾਂ ਨੇ ਕੀ ਆਪਦਾ ਸਮਾਨ ਮਤਲਬ ਜਲਦੀ ਬਣਾਉਣਾ ਔਰ ਮਿੱਠਾ ਤੇਜ਼ ਬਣਾਉਣਾ ਔਰ ਕੁਆਲਿਟੀ ਵੱਧ ਬਣਾਉਣੀ ਹੈ ਉਹ ਸਾਰੇ ਉਹ ਚੀਜ਼ ਯੂਜ਼ ਕਰਦੇ ਆ ਇਹਨੂੰ ਪਾੜ ਦੂਗਾ ਪਾੜ ਦਾ ਹਾਂ ਆਪਾਂ ਕਹਿੰਦੇ ਪਨੀਰ ਪਾੜ ਦੂ ਆਪੇ ਉੱਪਰ ਆ ਜਾਏਗੀ ਬੜਾ ਬਣਾਇਆ ਪੰਪ ਵੀ ਇੰਨਾ ਹੀ ਜਗ੍ਹਾ ਹੋਊਗੀ ਹਾਂ ਉੱਪਰ ਮਹਿਲ ਉੱਪਰ ਆ ਗਈ ਫਿਰ ਨੈਚੁਰਲ ਤਰੀਕਾ ਹੈ ਪੂਰਾ ਬਣਾ ਤਾਂ ਰਿਹਾ ਦੇਖੋ ਟ੍ਰਾਂਸਫਰ ਕਿੱਥੋਂ ਹੁੰਦਾ ਉੱਧਰ ਨੂੰ ਪਰਾਂ ਨੂੰ ਇਹਦਾ ਹੀ ਵਟੇ ਨਾਲ ਅੱਛਾ ਚੱਕੀ ਮਾਰ ਇਹ ਚੱਕੀ ਉੱਧਰ ਇਹ ਚੱਕੀ ਇੱਧਰ ਇਹ ਤੇ ਹੋਰ ਕੋਲ ਮਾਗੇ ਤੇ ਪੈਪ ਪੂਪ ਤਾਂ ਨਹੀਂ ਪਾਈ ਹੋਈ ਕੋਈ ਕਾਫੀ ਮਿਹਨਤ ਦਾ ਕੰਮ ਹੁੰਦਾ ਜਦੋਂ ਬਾਅਦ ਹੋਰ ਹਾਂ ਜ਼ੋਰ ਤਾਂ ਲੱਗਦਾ ਪੂਰਾ ਹੈਲੋ ਹਾਂ 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 ਬਣ ਰਹੀ ਹੈ ਹੋਰ ਕੀ ਕਰ ਰਹੇ ਹੋ ਕੈਮਰੇ 'ਚ ਮੰਨ ਲਈ ਚੰਗਾ ਓਕੇ ਚੰਗਾ ਓਕੇ
ਨਹੀਂ ਪਰੇ ਹੋ ਜਾ ਪਿੰਡ ਦੇਖ ਲੈ।